ਡਾਕਟਰ ਨਾ ਹੋਣ ਤੇ ਨਾਰਾਜ਼ ਲੋਕਾਂ ਨੇ ਸਿਵਲ ਹਸਪਤਾਲ ਨੂੰ ਲਾਇਆ ਤਾਲਾ। ਬਠਿੰਡਾ ਦੇ ਮੌੜ ਮੰਡੀ ਵਿਖੇ ਸਿਵਲ ਹਸਪਤਾਲ ਵਿੱਚ ਡਾਕਟਰ ਨਾ ਹੋਣ ਦੇ ਰੋਸ ਵਜੋਂ ਲੋਕਾਂ ਨੇ ਹਸਪਤਾਲ ਨੂੰ ਤਾਲਾ ਲਗਾ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਡਾਕਟਰ ਨਾ ਹੋਣ ਕਾਰਨ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਤਲਵੰਡੀ ਸਾਬੋ ਜਾਂ ਬਠਿੰਡਾ ਰੈਫਰ ਕਰ ਦਿੱਤਾ ਜਾਂਦਾ ਹੈ, ਜਿਸ ਲਈ 25 ਤੋਂ 40 ਕਿਲੋਮੀਟਰ ਰਸਤਾ ਤੈਅ ਕਰਨਾ ਪੈਂਦਾ ਹੈ। ਧਰਨੇ ਵਿੱਚ ਹਲਕਾ ਵਿਧਾਇਕ ਮੌੜ ਮੰਡੀ ਜਗਦੇਵ ਸਿੰਘ ਕਮਾਲੂ ਵੀ ਸ਼ਾਮਲ ਹੋਏ। ਉਹਨਾਂ ਕਿਹਾ ਕਿ ਮੌੜ ਮੰਡੀ ਵਿਖੇ ਹੋਏ ਹਾਦਸਿਆਂ ਵਿੱਚ ਕਈ ਜਾਨਾਂ ਜਾ ਚੁੱਕੀਆਂ ਹਨ ਅਤੇ ਜੇਕਰ ਹਸਪਤਾਲ ਵਿੱਚ ਡਾਕਟਰ ਹੁੰਦਾ ਤਾਂ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਸੀ। ਸਮੂਹ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਪਾਸੋਂ ਹਸਪਤਾਲ ਵਿਖੇ ਡਾਕਟਰ ਤਾਇਨਾਤ ਕਰਨ ਦੀ ਮੰਗ ਕੀਤੀ। ਬਠਿੰਡਾ ਦੇ ਮੌੜ ਮੰਡੀ ਤੋਂ ਅਜੀਤ ਵੈਬ ਟੀਵੀ ਲਈ ਵਿਕਰਮ ਦੀ ਰਿਪੋਰਟ। ਜੀ ਕਾਫੀ ਸਮਾਂ ਪਹਿਲਾਂ ਮੈਂ ਇੱਥੇ ਬੱਚੀ ਲੈ ਕੇ ਆਇਆ ਸੀ, ਆਪਣੀ ਬੱਚੀ ਲੈ ਕੇ ਆਇਆ, ਬਹੁਤ ਜ਼ਿਆਦਾ ਸੀਰੀਅਸ ਸੀ। ਵਾਹਿਗੁਰੂ ਕੌਰ ਜਿਸ ਤੋਂ ਇਸ ਹਰਸ਼ ਇਨਕਲਾਬ ਜਿੰਦਾਬਾਦ ਪਾਰਟੀ ਬਣੀ ਹੈ। ਕੀ ਗੱਲ ਹੋ, ਜਦੋਂ ਮੈਂ ਆਇਆ ਇੱਥੇ ਅੱਧਾ ਘੰਟਾ ਬਰਬਾਦ ਕੀਤਾ, ਮੇਰਾ ਕੋਈ ਡਾਕਟਰ ਨਹੀਂ ਆਇਆ, ਕੁਝ ਨਹੀਂ ਹੋਇਆ। ਮੈਂ ਇੱਥੋਂ ਰਾਮਪੁਰ ਨੂੰ ਵਗਿਆ, ਰਾਮਪੁਰ ਪ੍ਰਾਈਵੇਟ ਹਸਪਤਾਲ ਨੇ ਮੈਨੂੰ ਕਾਲ ਕਰਕੇ ਬੁਲਾਇਆ। ਫਿਰ ਮੈਂ ਉਹਨੂੰ ਕਾਲ ਕੀਤੀ, ਉਹਨੇ ਵੀ ਮੇਰੀ ਸੁਣਵਾਈ ਨਾ ਕੀਤੀ, ਮੈਨੂੰ 2 ਘੰਟੇ ਦੀ ਕਹਿ ਕੇ 4 ਘੰਟੇ ਆਇਆ ਨਹੀਂ, ਬੱਚੀ ਉਹ ਤਰਸੀ ਗਈ। ਮੈਂ ਬੱਚੀ ਵਾਪਸ ਲਿਆ, ਬੱਚੀ ਠੀਕ ਹੈ, ਪਰ ਉਸ ਤੋਂ ਬਾਅਦ ਅਸੀਂ ਉਦਾਸਾ ਸੋਧਾ ਸਿੰਘਾਂ ਨੇ, ਬੁੱਢਾ ਦਲ ਦੇ ਸਿੰਘਾਂ ਨੇ ਵੀ ਇਹਦਾ ਮੁੱਦਾ ਉਠਾਉਣਾ ਹੈ। ਹੁਣ ਸਾਡਾ ਮੁੱਦਾ ਕੀ ਹੈ ਵੀਰ ਜੀ, ਵਿੱਚ ਇੱਕ ਵੀ ਡਾਕਟਰ ਨਹੀਂ। ਜੇਕਰ ਡਾਕਟਰ ਹੋਵੇ, ਜਿਵੇਂ ਬੰਬ ਬਲਾਸਟ ਕਾਂਡ ਹੋਇਆ ਸੀ, ਬੰਬ ਬਲਾਸਟ ਕਾਂਡ ਦੇ ਜੋ ਬੱਚਿਆਂ ਦੇ ਮਾਤਾ ਪਿਤਾ ਰੋ ਰੋ ਕਹਿੰਦੇ ਨੇ ਵੀ ਜੇਕਰ ਇੱਥੇ ਡਾਕਟਰ ਹੁੰਦੇ, ਐਮਰਜੈਂਸੀ ਹੁੰਦੀ ਤਾਂ ਬੱਚੇ ਉਹ ਬਚ ਸਕਦੇ ਸੀ, ਕਿਉਂਕਿ ਜਦੋਂ ਉਹਨੂੰ ਬਠਿੰਡੇ ਗਏ, ਲੁਧਿਆਣੇ ਗਏ, ਬੰਜਾਂ ਦੀ ਬੱਚਿਆਂ ਦੀ ਮੌਤ ਹੋ ਗਈ। ਹੋਰ ਮੈਂ ਜੇ ਦਿਖਾ ਦਿੰਦਾ, ਜਿਵੇਂ ਇੱਧਰ ਦੇਖੋ ਬਹੁਤ ਪੇਸ਼ੈਂਟ ਨੇ ਜਿਹਨਾਂ ਦਾ ਇੰਨਾ ਬੁਰਾ ਹਾਲ ਹੈ, ਜੇ ਇੱਕ ਘਰ ਦੇ ਵਿੱਚ ਦੋ ਦੋ ਮੇਜਰ ਬਿਮਾਰੀਆਂ, ਵਿਚਾਰੇ ਘਰੇ ਸਿਰਫ ਸੇਵਾ ਕਰ ਰਹੇ ਆ। ਕਿਉਂ ਸੇਵਾ ਕਰ ਰਹੇ ਨੇ? ਕਿਉਂਕਿ ਉਹਨਾਂ ਨੇ ਘਰੇ ਕਹਿਤਾ ਵੀ ਸੇਵਾ ਹੀ ਕਰ ਲਓ ਬਾਈ, ਖਤਮ ਹੈ, ਖਤਮ ਨਹੀਂ ਜੀ। 16 ਸਾਲ ਦੇ, 17 ਸਾਲ ਦੇ ਬੱਚੇ ਨੇ ਜਿਹੜੇ ਦਿਨੋਂ ਦਿਨ ਬੱਚੀ ਜਾਈ ਜਾਂਦੇ ਨੇ, ਮੇਜਰ ਬਿਮਾਰੀਆਂ। ਸਾਡਾ ਹੱਕ ਹੈ, ਇਹ ਮਰੀਜ਼ ਵੀ ਉਹਨਾਂ ਚਿਰ ਇੱਥੇ ਰਹਿਣਗੇ, ਧਰਨਾ ਵੀ ਰੂ ਜਿੰਦਾ ਵੀ ਉਹਨਾਂ ਚਿਰ ਲੱਗੂ, ਘੋੜੇ ਵੀ ਇੱਥੇ ਹੀ ਰਹਿਣਗੇ ਜਿੰਨਾ ਚਿਰ ਸਾਡੇ ਮਰੀਜ਼ਾਂ ਦੇ ਵਾਸਤੇ ਇੱਥੇ ਡਾਕਟਰ ਨਹੀਂ ਆਉਂਦੇ। ਚਾਹੇ ਮਰੀਜ਼ ਇੱਥੇ ਹੀ ਬੈਠੇ ਰਹਿਣ, ਮਹੀਨਾ ਬਹਿਣਾ ਪੈ ਜਾਏ ਸਾਨੂੰ, ਅਸੀਂ ਇੱਥੇ ਇਸੇ ਤਰ੍ਹਾਂ ਰਹਾਂਗੇ। ਅਸੀਂ ਐਮਰਜੈਂਸੀ ਦੀ ਮੰਗ ਕਰਦੇ ਹਾਂ, ਸਾਡੇ ਪੋਸਟਮਾਰਟਮ ਹੋਣਾ ਚਾਹੀਦਾ ਇੱਥੇ, ਸਾਡੇ ਯੂਥ ਨੂੰ ਜੇਕਰ ਕੋਈ ਲਾਇਸੈਂਸ ਬਣਾਉਣਾ, ਬਠਿੰਡੇ ਧੱਕੇ ਖਾਣੇ ਪੈਂਦੇ ਨੇ, ਹੋਰ ਵੀ ਬਹੁਤ ਪ੍ਰੋਬਲਮਾਂ ਆਉਂਦੀਆਂ। ਜਿਹੜੀ ਡਿਮਾਂਡ ਹੈ ਉਹ ਕਈ ਵਾਰੀ ਮੈਂ ਕਰ ਚੁੱਕਿਆ, ਕਿਉਂਕਿ ਡਾਕਟਰ ਇੱਥੇ ਹੀ ਨਹੀਂ ਹੋਈ, 7-8 ਹਸਪਤਾਲ ਸ਼ਾਮਿਲ ਹੈ। ਇਸ ਲਈ ਮੈਂ ਮਤਲਬ ਬੜੀ ਕੋਸ਼ਿਸ਼ ਕੀਤੀ, ਕਿਉਂਕਿ ਮੈਂ ਉਦਾਹਰਣ ਦਿੱਤੀ, ਸਾਡੇ ਬੰਬ ਬਲਾਸਟ ਹੋਇਆ, ਹੋ ਸਕਦਾ ਉਹ ਕੋਈ ਨਾ ਕੋਈ ਜਾਨ ਬਚ ਰਹਿੰਦੀ, ਕੋਈ ਬੰਦਾ ਬਚ ਰਹਿੰਦਾ, ਜੇ ਫਸਟ ਏਡ ਦਿੱਤੀ ਜਾਂਦੀ, ਕੋਈ ਇੱਥੇ ਫਸਟ ਏਡ ਦਾ ਹੀ ਪ੍ਰਬੰਧ ਹੈ, ਕੋਈ ਮੱਲਮ ਪੱਟੀ ਦਾ ਵੀ ਪ੍ਰਬੰਧ ਹੈ ਨਹੀਂ। ਇਸ ਕਰਕੇ ਮੈਂ ਕਾਫੀ ਵਾਰ ਉੱਥੇ ਕੋਸ਼ਿਸ਼ ਕੀਤੀ, ਆਪਾਂ ਧਰਨਾ ਲਾ ਕੇ ਮਜ਼ਬੂਰ ਕਰ ਦਿਆਂਗੇ ਕਿ ਸਾਡੇ ਹਸਪਤਾਲ।